ਦਿਨੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਭਾਰਤ ਸਰਕਾਰ ਤੇ ਦਿੱਤੇ ਗਏ ਬਿਆਨ ਤੇ ਪੰਜਾਬ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਹ ਬੇਤੁਕੇ ਬਿਆਨਬਾਜ਼ੀ ਕਰ ਰਹੇ ਨੇ ਜਦਕਿ ਭਾਰਤ ਸਰਕਾਰ ਕੰਮ ਕਰ ਰਹੀ ਹੈ ਅਤੇ ਕਰਤਾਰਪੁਰ ਕੋਰੀਡੋਰ ਜਲਦੀ ਸ਼ੁਰੂ ਹੋ ਜਾਏਗਾ। ਭਾਰਤ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਦੇ ਲਈ ਸ਼ੁਰੂ ਕੀਤੇ ਜਾਣ ਵਾਲੀ ਵੈਬ ਪੋਰਟਲ ਵਿਚ ਦੇਰੀ ਹੋਣ ਤੇ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ। ਕੇਂਦਰ ਸਰਕਾਰ ਨੇ ਜਦੋਂ ਕਰਤਾਰਪੁਰ ਕੋਰੀਡੋਰ ਨੂੰ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ਹੈ ਤਾਂ ਚਾਹੇ ਉਸਦੇ ਵਿਚ ਦੇਰੀ ਕਿਉਂ ਨਾ ਹੋਵੇ ਪਰ ਪੋਰਟਲ ਜ਼ਰੂਰ ਸ਼ੁਰੂ ਹੋ ਜਾਏਗਾ। ਤੁਹਾਨੂੰ ਦੱਸ ਦਈਏ ਕਿ ਮੰਤਰੀ ਤ੍ਰਿਪਤ ਬਾਜਵਾ ਲਾਇਨਸ ਕਲੱਬ ਦੇ ਵੱਲੋਂ ਆਯੋਜਿਤ ਇਕ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਵਜੋਂ ਸ਼ਾਮਿਲ ਹੋਏ ਸਨ। ਇਸ ਮੌਕੇ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲਾਇਨਸ ਕਲੱਬ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਇਨ੍ਹਾਂ ਦੇ ਵੱਲੋਂ ਨਵੀਂ ਤਕਨੀਕ ਦੀਆਂ ਗੱਡੀਆਂ ਸ਼ਹਿਰ ਵਿਚ ਕੂੜੇ ਤੇ ਗੰਦਗੀ ਨੂੰ ਉਠਾਉਣ ਦੇ ਲਈ ਸ਼ੁਰੂ ਕੀਤੀਆਂ ਗਈਆਂ ਹਨ ਉਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਵੱਡਾ ਲਾਭ ਮਿਲੇਗਾ। ਚਲੋ ਇਹ ਤਾਂ ਮਾਮੂਲੀ ਗੱਲ ਹੈ, ਅੱਜ ਨਹੀਂ ਕੋਈ ਕੱਲ ਹੋ ਜਾਊਗਾ। ਇਹ ਗੱਲ ਦਾ ਫੈਸਲਾ ਕਰਤਾ ਸੈਂਟਰ ਸਰਕਾਰ ਨੇ, ਵਧੀਆ ਕੰਮ ਕੀਤਾ, ਕਾਰੀਡੋਰ ਸ਼ੁਰੂ ਹੋਣ ਲੱਗਾ, ਅੱਜ ਨਹੀਂ ਕੱਲ ਨਹੀਂ ਸ਼ੁਰੂ ਹੋ ਜਾਊਗਾ। ਇਹ ਕੋਈ ਏਡਾ ਵੱਡਾ ਇਸ਼ੂ ਨਹੀਂ ਹੈਗਾ ਜਿਹੜਾ ਗੱਲ। ਸਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਬਿਆਨ ਆਇਆ ਕਿ ਭਾਰਤ 'ਚ ਜੇ ਦਮ ਹੈਗਾ ਲਾਂਘਾ ਰੋਕ ਕੇ ਵਿਖਾ ਦੇ ਕਿਉਂਕਿ ਅਸੀਂ 9 ਨਵੰਬਰ ਨੂੰ ਉਦਘਾਟਨ ਕਰਨ ਜਾ ਰਹੇ ਹਾਂ। ਚਲੋ ਫਜ਼ੂਲ ਗੱਲਾਂ ਦਾ ਕੋਈ ਮਤਲਬ ਨਹੀਂ, ਹਰ ਗੱਲ 'ਤੇ ਰੈਕਟ ਕਰਨ ਦੀ ਕੋਈ ਲੋੜ ਨਹੀਂ ਗੀ। ਉਹ ਗੱਲਾਂ ਕਰੀ ਜੇ ਸਰਕਾਰ ਆਪਣਾ ਕੰਮ ਕਰ ਰਹੀ ਹੈ, ਲਾਂਘਾ ਖੁੱਲ੍ਹ ਜਾਏ। ਸਰ ਪੀਓਕੇ ਦੇ ਵਿੱਚ ਵੀ ਭਾਰਤ ਦੇ ਫੌਜੀਆਂ ਵੱਲੋਂ ਹਮਲਾ ਕੀਤਾ ਗਿਆ ਅਤੇ 5 ਉਹਨਾਂ ਦੇ ਜਵਾਨ ਮਾਰ ਦਿੱਤੇ ਗਏ ਪਾਕਿਸਤਾਨ ਦੇ, ਉਹਨਾਂ ਕਹਿੰਦਾ ਕਿ ਉਹਨਾਂ ਦੇ ਅੱਤਵਾਦੀ ਕੈਂਪ ਵੀ ਹਟਾ ਦਿੱਤੇ ਆ। ਚਲੋ ਜੀ, ਜੋ ਹੋ ਰਿਹਾ ਉਹ ਤਾਂ ਜਿੰਨਾ ਇਹ ਮੇਰਾ ਰਾਈਟ ਨਹੀਂ, ਗਵਰਨਮੈਂਟ ਆਫ ਇੰਡੀਆ ਦੇ ਇਹ ਗੱਲ ਦੱਸਣਗੇ। ਸੋ ਮੇਰਾ ਲੈਵਲ ਬਹੁਤ ਛੋਟਾ ਵਾ, ਉਹੀ ਲੈਵਲ ਗੱਲ ਕਰ ਸਰ ਸਮਝਦੇ ਕਿ ਬਸ ਕਰਤਾਰਪੁਰ ਸ਼ਾਂਤੀ ਦਾ ਸੰਦੇਸ਼ ਪਹੁੰਚਾਉਣ ਜਾ ਰਿਹਾ। ਹਾਂਜੀ, ਕਰਤਾਰਪੁਰ ਲੰਘਾ ਕਿ ਸ਼ਾਂਤੀ ਦਾ ਸੰਦੇਸ਼ ਦੇ ਰਿਹਾ, ਦੂਜੇ ਪਾਸੇ ਇਹ ਦੋਵਾਂ ਦੇਸ਼ਾਂ ਨੂੰ ਟਕਰਾਰ ਕਿਧਰ ਕਿਧਰ। ਚਲੋ ਜੀ, ਸਾਰੀਆਂ ਗੱਲਾਂ ਚੱਲੀ ਜਾ ਰਹੀਆਂ ਨੇ ਪਰ ਲਾਂਘਾ ਖੁੱਲਿਆ, ਬਹੁਤ ਚੰਗੀ ਗੱਲ। ਈਵਨ ਪੰਜਾਬੀ ਟੀਵੀ ਲਈ ਬਟਾਲਾ ਤੋਂ ਸੁਖਦੇਵ ਰੰਧਾਵਾ ਦੀ ਰਿਪੋਰਟ।